ਸਤਿ ਸ਼੍ਰੀ ਅਕਾਲ ਜੀ ਪ੍ਰਵਾਸੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਦੀਪ ਕੌਰ ਤੇ ਸ਼ੁਰੂਆਤ ਕਰ ਲੈਂਦੇ ਹਾਂ ਅੱਜ ਦੀ ਹੈਡਲਾਈਨਸ ਤੋਂ ਓਨਟਾਰੀਓ ਚ ਅੱਜ 1599 ਕੋਵਿਡ ਦੇ ਕੇਸ 19 ਮੌਤਾਂ ਵੀ ਦਰਜ ਕੀਤੀਆਂ ਗਈਆਂ ਸਭ ਤੋਂ ਜ਼ਿਆਦਾ ਕੋਵਿਡ ਦੇ ਕੇਸ ਅੱਜ ਵੀ ਪੀਲ ਰੀਜਨ ਦੇ ਵਿੱਚ ਦੇਖਣ ਨੂੰ ਮਿਲੇ ਜਿੱਥੇ ਪੀਲ ਦੇ ਵਿੱਚ 535 ਉੱਥੇ ਟੋਰਾਂਟੋ ਦੇ ਵਿੱਚ 336 ਅਤੇ ਯਾਰਕ ਦੇ ਵਿੱਚ 205 ਕੋਵਿਡ ਦੇ ਕੇਸ ਸਾਹਮਣੇ ਆਏ ਮਿਸਿਸਾਗਾ ਚ ਮਹਿੰਗੀਆਂ ਗੱਡੀਆਂ ਦੀ ਚੋਰੀ ਬਾਰੇ ਪੁਲਿਸ ਨੇ ਲੋਕਾਂ ਨੂੰ ਕੀਤਾ ਸੁਚੇਤ ਇੰਗਲੈਂਡ ਵਿੱਚ 5 ਦਸੰਬਰ ਨੂੰ ਕੀਤਾ ਜਾਵੇਗਾ ਲਾਕਡਾਊਨ ਨੂੰ ਖਤਮ ਅਮਰੀਕਾ ਦੇ ਫ੍ਰੀਜ਼ ਨੋਚ ਕਰਫਿਊ ਦੇ ਵਿਰੋਧ ਦੇ ਵਿੱਚ ਸੜਕਾਂ ਤੇ ਉਤਰੇ ਲੋਕ ਟੋਰਾਂਟੋ ਬ੍ਰੈਂਪਟਨ ਮਿਸਿਸਾਗਾ ਤੇ ਕੈਲਡਨ ਚ ਕੀਤਾ ਗਿਆ ਲਾਕਡਾਊਨ ਅਗਲੇ 28 ਦਿਨਾਂ ਤੱਕ ਇਹਨਾਂ ਖੇਤਰਾਂ ਨੂੰ ਪੂਰੀ ਤਰ੍ਹਾਂ ਲਾਕਡਾਊਨ ਕੀਤਾ ਜਾਵੇਗਾ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਦਿੱਤੀ ਗਈ ਚੇਤਾਵਨੀ ਸਟੈਟਿਸਟਿਕ ਦੇ ਮੁਤਾਬਿਕ ਕੋਵਿਡ ਦੇ ਚਲਦਿਆਂ 30% ਤੱਕ ਡਿਵੋਰਸ ਰੇਟਸ ਦੇ ਵਿੱਚ ਹੋਇਆ ਵਾਧਾ ਤਲਾਕ ਮਾਮਲਿਆਂ ਚ ਹੋਏ ਵਾਧੇ ਲਈ ਮਹਾਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਰੈਂਟਲ ਅਸਿਸਟੈਂਟ ਪ੍ਰੋਗਰਾਮ ਲਈ ਹੋਰ 3 ਸੂਬਿਆਂ ਨੇ ਕੀਤੇ ਦਸਤਖਤ ਇਹ ਪ੍ਰੋਗਰਾਮ ਲੋਅ ਇਨਕਮ ਅਤੇ ਗਰੀਬ ਲੋਕਾਂ ਦੀ ਮਦਦ ਲਈ ਬਣਾਇਆ ਗਿਆ ਹੈ ਅਗਲੇ ਬਜਟ ਵਿੱਚ ਫੈਡਰਲ ਸਰਕਾਰ ਹੋਰ ਫੰਡ ਇਸ ਪ੍ਰੋਗਰਾਮ ਲਈ ਕਰਵਾਏਗੀ ਉਪਲਬਧ ਇਸ ਪ੍ਰੋਗਰਾਮ ਲਈ ਫੈਡਰਲ ਸਰਕਾਰ ਵੱਲੋਂ 1 ਬਿਲੀਅਨ ਡਾਲਰ ਦੇਣ ਦਾ ਕੀਤਾ ਗਿਆ ਐਲਾਨ 2024 ਸੱਤਾ 'ਚ ਦੁਬਾਰਾ ਆਉਣ ਦੇ ਇੱਛੁੱਕ ਨੇ ਡੋਨਲਡ ਟਰੰਪ ਗੁਪਤ ਤਰੀਕੇ ਨਾਲ 2024 ਦੀਆਂ ਰਾਸ਼ਟਰਪਤੀ ਚੋਣਾਂ ਦੀ ਟਰੰਪ ਵੱਲੋਂ ਕੀਤੀ ਜਾ ਰਹੀ ਹੈ ਤਿਆਰੀ ਜਨਵਰੀ 'ਚ ਟਰੰਪ ਵਾਈਟ ਹਾਊਸ ਨੂੰ ਛੱਡਣਗੇ ਅਤੇ 20 ਜਨਵਰੀ ਨੂੰ ਜੋ ਬਾਈਡਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਕੋਵਿਡ 19 ਵੈਕਸੀਨ 90% ਤੱਕ ਪ੍ਰਭਾਵਸ਼ਾਲੀ ਯੂਕੇ ਸਰਕਾਰ ਨੇ ਕੋਵਿਡ 19 ਵੈਕਸੀਨ ਦੀਆਂ 100 ਮਿਲੀਅਨ ਡੋਜ਼ਿਸ ਦਾ ਆਰਡਰ ਆਕਸਫੋਰਡ ਯੂਨੀਵਰਸਿਟੀ ਨੂੰ ਦਿੱਤਾ ਅਗਲੇ ਸਾਲ ਵਿਸ਼ਵ ਲਈ 3 ਅਰਬ ਡੋਜ਼ਿਸ ਤਿਆਰ ਕਰੇਗੀ ਐਸਟ੍ਰਾਜ਼ੈਨਿਕਾ ਪੰਜਾਬ 'ਚ ਨਵੰਬਰ ਮਹੀਨੇ ਠੰਡ ਨੇ ਪਿਛਲੇ 10 ਸਾਲਾਂ ਦੇ ਤੋੜੇ ਸਾਰੇ ਰਿਕਾਰਡ ਪੰਜਾਬ 'ਚ ਕੱਲ੍ਹ ਤੋਂ ਸ਼ੁਰੂ ਹੋਣਗੀਆਂ ਰੇਲ ਗੱਡੀਆਂ 10 ਦਸੰਬਰ ਤੱਕ ਮੰਗਾਂ ਨੂੰ ਪੂਰਾ ਕਰਨ ਦਾ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ ਕਿਸਾਨ ਧਰਨੇ ਤੋਂ 50 ਦਿਨ ਬਾਅਦ ਮੁੜ ਪਟਰੀ ਤੇ ਆਈਆਂ ਰੇਲ ਗੱਡੀਆਂ ਟਰੰਪ ਨੇ ਜਾਰਜੀਆ 'ਚ ਹਾਰਨ ਤੋਂ ਬਾਅਦ ਮੁੜ ਵੋਟਾਂ ਗਿਣਨ ਦੀ ਕੀਤੀ ਅਪੀਲ ਮੈਨੂੰ ਦਿਓ ਇਜਾਜ਼ਤ ਧੰਨਵਾਦ